ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਮੇਲੇ ਤੇ ਜਿੰਨੀਆਂ ਮਰਜ਼ੀ ਫੋਟੋਆਂ ਤਸਵੀਰਾਂ ਸਾਰੇ ਸ਼ਹੀਦਾਂ ਦੀਆਂ ਲਾਉਣੀਆਂ ਆਪਾਂ ਇੱਥੇ। ਹਾਂਜੀ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਧੰਨ ਧੰਨ ਬਾਪੂ ਸ਼ਹੀਦ, ਅਮਰ ਸ਼ਹੀਦ, ਇੱਕ ਅਨੋਖੇ ਸ਼ਹੀਦ ਬਾਪੂ ਦੀਪ ਸਿੰਘ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ, ਜੋ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ। ਉਹਦੇ ਵਿੱਚ ਜੋ ਸਿੰਘ ਜੋੜਿਆਂ ਦੀ ਸੇਵਾ ਕਰਦੇ ਸੀ ਅਤੇ ਉਹਨਾਂ ਨਾਲ ਜੋ ਫੋਟੋ ਦਾ ਵਿਵਾਦ ਚੱਲਿਆ ਸੀ, ਉਹ ਕਰਨਲ ਜਿਹੜੇ ਇੱਥੋਂ ਦੇ ਆ ਉਹਨਾਂ ਨੇ ਫੋਟੋ ਲਗਾਉਣ ਤੋਂ ਮਨਾ ਕੀਤਾ ਸੀ। ਪਰ ਇਹ ਸਾਡੀਆਂ ਦੋ ਜਥੇਬੰਦੀਆਂ ਯਾਨੀ ਕਿ ਮਾਨ ਦਲ ਅਤੇ ਸਤਿਕਾਰ ਕਮੇਟੀਆਂ ਦੇ ਵਿੱਚ ਬਹਿ ਕੇ ਜਦੋਂ ਥੋੜ੍ਹਾ ਜਿਹਾ ਪਹਿਲਾਂ ਸੁਲਝਾ ਲਿਆ ਸੀ, ਪਰ ਥੋੜ੍ਹੇ ਵੀਡੀਓ ਵਾਇਰਲ ਹੋਣ ਕਾਰਨ ਫਿਰ ਸੰਗਤਾਂ ਨੇ ਰੋਸ ਪ੍ਰਗਟ ਬਹੁਤ ਕੀਤਾ, ਜਿਹੜਾ ਬਾਅਦ ਦੇ ਵਿੱਚ ਹੁਣ ਸਤਿਗੁਰ ਨੇ ਬਾਪੂ ਸ਼ਹੀਦਾਂ ਨੇ ਇੰਨੀ ਕਿਰਪਾ ਕੀਤੀ ਆ ਕਿ ਜਿਹੜਾ ਉਹ ਮਸਲਾ ਵੀ ਹੱਲ ਹੋ ਗਿਆ ਹੈ। ਅਤੇ ਬਾਕੀ ਜੋ ਸੰਗਤ ਨੂੰ ਇੱਥੇ ਦੀਆਂ ਕਾਰਵਾਈਆਂ ਦੇ ਜੋ ਤਰੁੱਟੀਆਂ ਹੈ ਕਮੇਟੀ 'ਚ, ਉਹ ਵੀ ਸਾਰੀਆਂ ਜੱਗ ਜ਼ਾਹਰ ਹੋ ਗਈਆਂ। ਅਤੇ ਇਹ ਆਉਣ ਵਾਲੇ ਸਮੇਂ 'ਚ ਜਦੋਂ ਸੰਗਤਾਂ ਸਾਡਾ ਸਾਥ ਦੇਣਗੀਆਂ ਅਤੇ ਉਹ ਵੀ ਪੂਰਨ ਕੀਤੀਆਂ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਲੇਖੇ ਲਾਇਆ ਹੈ ਅਤੇ 40 ਸਾਲ ਉਹਨਾਂ ਨੇ ਸੰਘਰਸ਼ ਲਾ ਕੇ ਕੁਛ ਵੱਡੀਆਂ ਪ੍ਰਾਪਤੀਆਂ ਕੀਤੀਆਂ। ਸੋ ਮੈਂ ਸੰਗਤ ਨੂੰ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਪਹੁਵਿੰਡ ਸਾਹਿਬ, ਜਨਮ ਸਥਾਨ ਮਹਾਂਪੁਰਖਾਂ ਦਾ, ਅਨੋਖੇ ਸ਼ਹੀਦ ਬਾਬਾ ਜੀ ਦਾ, ਜਿਹੜੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਹੈ, ਅਤੇ ਜਿਹੜੇ ਇਹ ਜਿਨ੍ਹਾਂ ਨੇ ਸੰਘਰਸ਼ ਵੱਡੇ ਲੜੇ ਹੈ। ਜਦੋਂ ਅਬਦਾਲੀ 11ਵੀਂ ਵਾਰ ਸਰੋਵਰਪੁਰ ਨੂੰ ਆਇਆ ਸੀ ਅਤੇ ਉਦੋਂ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦਾ ਖੰਡਾ ਚੁੱਕ ਕੇ ਇੱਕ ਲੀਕ ਖਿੱਚੀ ਸੀ ਕਿ ਜਿਨ੍ਹਾਂ ਨੂੰ ਜਾਣ ਪਿਆਰੀ ਉਹ ਪਿੱਛੇ ਰਹਿ ਜਾਓ ਅਤੇ ਜਿਨ੍ਹਾਂ ਨੂੰ ਕੌਮ ਪਿਆਰੀ ਉਹ ਅੱਗੇ ਆ ਜਾਓ। ਅਤੇ ਉਹ ਲੀਕ ਜਿਹੜੀ ਹੈ ਉਸੇ ਹੀ ਲੀਕ ਨੂੰ ਟੱਪ ਕੇ ਪਾਰ ਕਰਕੇ 14ਵੇਂ ਮੁਖੀ ਟਕਸਾਲ ਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਅਤੇ ਉਹਨਾਂ ਨੇ ਉਹ ਲੀਕ ਪਾਰ ਕਰਕੇ ਅਤੇ ਪ੍ਰਕਰਮਾਂ ਦੇ ਵਿੱਚ ਸ਼ਹਾਦਤ ਦਿੱਤੀ। ਅਤੇ ਰੂਸ ਅਤੇ ਬਰਤਾਨੀਆ ਅਤੇ ਭਾਰਤ ਦੀ 3 ਵੱਡੀਆਂ ਨਿਊਕਲੀਅਰ ਰਾਜਰ ਫੌਜਾਂ ਜਿਹੜੀਆਂ ਵਾ ਉਹਨਾਂ ਨੂੰ ਮੂੰਹ ਦੇ ਮੂੰਹ ਵਾਪਸ ਮੋੜਿਆ, ਅਤੇ ਉੱਥੇ ਸੰਤਾਂ ਦੀ ਯਾਦਗਾਰ ਵੀ ਸੁਸ਼ੋਭਿਤ ਹੈ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇੱਥੇ ਇਕੱਲੇ ਪੰਜਾਬ ਦੇ ਵਿੱਚ, ਮਾਝੇ ਦੇ ਵਿੱਚ ਫੋਟੋ ਦਾ ਵਿਵਾਦ ਬਣਿਆ ਹੈ, ਉਹ ਵੀ ਉਸ ਕਮੇਟੀ ਵੱਲੋਂ ਜਿੱਥੇ ਗੁਰਸਿੱਖਾਂ ਦੀ ਕਮੇਟੀ ਹੈ, ਜਿੱਥੇ ਸਿੱਖਾਂ ਦੀ ਕਮੇਟੀ ਹੈ। ਮੈਂ ਨਹੀਂ ਕਹਿੰਦਾ ਕਿ ਰਾਮ ਮੰਦਿਰ 'ਤੇ ਸੰਤਾਂ ਦੀ ਫੋਟੋ ਲਾਈ ਹੈ, ਜੇ ਕਿਤੇ ਉੱਥੇ ਲਾਈ ਹੁੰਦੀ ਤਾਂ ਸ਼ਾਇਦ ਅਸੀਂ ਆ ਇੰਨਾ ਸਾਨੂੰ ਇਤਰਾਜ਼ ਵੀ ਨਾ ਹੁੰਦਾ। ਪਰ ਜਿਹੜੀਆਂ ਕੌਮਾਂ ਰਾਜ ਕਰਦੀਆਂ ਉਹ ਆਪਣੇ ਰਾਜ ਦੀ ਗੱਲ ਕਰਦੀਆਂ ਹੈ, ਪਰ ਜਿਹੜਾ ਅੱਜ ਸਾਡਾ ਸਿਧਾਂਤ ਹੈ, ਸਾਡੇ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤਾ ਪਰਿਵਾਰ ਵਾਰ ਕੇ, ਉਹਨੂੰ ਸਾਡੇ ਹੀ ਸਿੱਖਾਂ ਵੱਲੋਂ ਨਜ਼ਰਅੰਦਾਜ਼ ਕਰਨਾ ਅਤੇ ਐਡੇ ਵੱਡੇ ਮੇਲੇ ਦੇ ਇਕੱਠ ਦੇ ਵਿੱਚ ਉਸ ਤਸਵੀਰ ਨੂੰ ਅੱਖੋਂ ਪਰੋਖੇ ਕਰ ਦੇਣਾ ਅਤੇ ਉਸ ਤਸਵੀਰ ਦੇ ਉੱਤੇ ਅਕਬਰ ਬਾਦਸ਼ਾਹ ਦੀ ਫੋਟੋ ਲਾ ਦੇਣੀ ਅਤੇ ਉਹ ਸੰਤਾਂ ਦਾ ਚਿਹਰੇ ਨੂੰ ਲੁਕੋ ਦੇਣਾ, ਇਹ ਸਿੱਧੇ ਸੰਕੇਤ ਦਿੰਦਾ ਹੈ ਕਿ ਸਾਡੀਆਂ ਕਮੇਟੀਆਂ ਜਿਹੜੀਆਂ ਉਹ RSS BJP ਨਾਲ ਰਲ ਗਈਆਂ ਹੈ। ਸੋ ਉਹਨਾਂ ਦਾ ਪ੍ਰਭਾਵ ਹੇਠਾਂ ਆ ਗਈਆਂ ਹੈ ਅਤੇ ਜਿਹੜੀ ਹੌਲੀ ਹੌਲੀ ਜੇ ਅੱਜ ਇਹ ਸਾਡੀ ਜਥੇਬੰਦੀ ਅਤੇ ਹਮਖਿਆਲੀ ਜਥੇਬੰਦੀਆਂ, ਸਤਿਕਾਰ ਕਮੇਟੀਆਂ, ਸਾਰੀ ਕੌਮ ਰਲ ਕੇ
ਇਹ ਕੰਮ ਨਾ ਕਰਦੀ ਤੇ ਮੈਂ ਸਮਝਦਾ ਕਿ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸੀਸ ਲੱਥੇ ਵਾਲੀ ਫੋਟੋ ਆ ਉਹ ਵੀ ਜਲਦੀ ਹੀ ਇੱਥੋਂ ਗਾਇਬ ਕਰ ਦੇਣੀ ਸੀ। ਸੋ ਸਾਨੂੰ ਇਸ ਗੱਲ ਦੀ ਵੀ ਸ਼ੰਕਾ ਹੈ ਕਿ ਹੋਰ ਵੀ ਜਿੰਨੀਆਂ ਪੰਜਾਬ ਦੇ ਵਿੱਚ ਕਮੇਟੀਆਂ ਗੁਰੂ ਘਰਾਂ ਦੀਆਂ ਉਹਨਾਂ ਦੀ ਵੀ ਜਾਂਚ ਕਰਨੀ ਖਾਲਸਾ ਪੰਥ ਨੂੰ ਬੜੀ ਜ਼ਰੂਰੀ ਹੈ ਕਿ ਉਹ ਕੀ ਕਰਦੀਆਂ ਅਤੇ ਕੀ ਕਮਾਉਂਦੀਆਂ ਹੈ, ਕਿਉਂਕਿ ਇੱਥੋਂ ਅੱਜ ਮੁੱਢ ਵੱਜਾ ਹੈ, ਹਰ ਇੱਕ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਸੋ ਇੱਥੋਂ ਤਾਂ ਇਹ ਮਸਲੇ ਸੰਕੇਤ ਆਉਣੇ ਚਾਹੀਦੇ ਕਿ ਇਸ ਮੇਲੇ ਅਤੇ ਜੋੜ ਮੇਲੇ 'ਤੇ ਕਿੰਨੇ ਗੁਰੂ ਦੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਜੇ ਆ, ਕਿੰਨਿਆਂ ਨੇ ਪਤਤ ਪੁਣਾ ਛੱਡਿਆ, ਕਿੰਨੇ ਨੇ ਨਸ਼ਾ ਛੱਡਿਆ, ਪਰ ਉਹ ਕੋਈ ਵੀ ਅੰਕੜੇ ਜਾਂ ਕੋਈ ਵੀ ਲਿਸਟ ਇਹ ਨਹੀਂ ਦੇ ਸਕਦੇ। ਇੱਕ ਲਿਸਟ ਇਹਨਾਂ ਤੋਂ ਜਦੋਂ ਮਰਜ਼ੀ ਲੈ ਲਓ ਤੁਸੀਂ, ਇਹ ਗੋਲਕਾਂ ਦੀ ਜਿਹੜੀ ਆ 1-2-3 ਕਰੋੜ ਦੀ ਕਿੰਨੇ ਦੀ ਨਿਕਲੀ ਹੈ, ਉਹ ਗੋਲਕਾਂ ਦੇ ਜਿਹੜੇ ਆ ਵੇਰਵੇ ਇਹਨਾਂ ਕੋਲ ਜ਼ਰੂਰ ਹੋਣਗੇ, ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਦੇ ਵੇਰਵੇ ਹੋਣਗੇ। ਇਹਨਾਂ ਕੋਲ ਕੌਮ ਦੇ ਹਿੱਤ ਵਾਸਤੇ ਇੱਕ ਵੀ ਕੰਮ ਜਿਹੜਾ ਇਹਨਾਂ ਨਹੀਂ ਕੀਤਾ। ਸੋ ਕੌਮ ਨੂੰ ਇਸ ਗੱਲ ਦਾ ਇਤਰਾਜ਼ ਹੈ ਜੇ ਇਹ ਵਿਵਾਦ ਜਿਹੜਾ ਨਿਬੜਿਆ, ਵੇਖੋ ਵਿਵਾਦ ਨਿਬੜੂਗਾ ਤਾਂ ਜਦੋਂ ਇਹ ਕਮੇਟੀ ਸਾਨੂੰ ਰਿਟਰਨ ਦੇ ਵਿੱਚ ਦਊਗੀ ਵੀ ਸਾਡਾ ਆਪਣੀ ਕੌਮ ਦੇ ਨਾਲ ਆਪਣੇ ਸੰਤਾਂ ਦੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਗਾ। ਅਤੇ ਜੇ ਇਹਨਾਂ ਨੂੰ ਕੋਈ ਹੈ, ਕੌਮ ਅੱਜ ਇੱਥੇ ਪੰਥ ਆਇਆ ਹੈ, ਉਹ ਪੁੱਛਦਾ ਹੈ ਕਿ ਤੁਸੀਂ ਵੱਟ ਬੰਨੇ ਦਾ ਸੰਤਾਂ ਨਾਲ ਤੁਹਾਡਾ ਰੌਲਾ ਸੀ ਕਿ ਉਸ ਮੂਵਮੈਂਟ ਦੇ ਦੌਰਾਨ ਸੰਤਾਂ ਨੇ ਤੁਹਾਡੇ ਨਾਲ ਕੋਈ ਲੁੱਟ ਘਸੁੱਟ ਕੀਤੀ ਹੈ ਜਾਂ ਸੰਤਾਂ ਨੇ ਕੋਈ ਤੁਹਾਡੇ ਨਾਲ ਇਹੋ ਜਿਹਾ ਕੰਮ ਕਰਵਾਇਆ ਜਾਂ ਕੀਤਾ ਜਿਹਦੇ ਨਾਲ ਤੁਹਾਨੂੰ ਉਹਨਾਂ ਦੀ ਤਸਵੀਰ ਤੋਂ ਨਫ਼ਰਤ ਹੈ? ਅਸੀਂ ਇਹ ਜਵਾਬ ਪੁੱਛਣਾ ਚਾਹੁੰਦੇ ਹਾਂ। ਜੇ ਨਹੀਂ ਤਾਂ ਫਿਰ ਸਾਨੂੰ ਲਿਖਤੀ ਰੂਪ 'ਚ ਦੱਸਣ, ਇੱਕ ਤਾਂ ਮਾਫੀਨਾਮਾ ਚਾਹੀਦਾ ਹੈ ਕੌਮ ਨੂੰ ਕਿ ਸਾਡਾ ਕੋਈ ਸੰਤਾਂ ਦੀ ਇਹ ਫੋਟੋ ਹਟਾਉਣ ਦੀ ਮਨਸ਼ਾ ਨਹੀਂ ਸੀ, ਭਾਵੇਂ ਕੋਈ ਐਵੀਡੈਂਸ ਵੀਡੀਓ ਬਣ ਗਈ ਹੈ, ਇਹਨਾਂ ਨੇ ਸਿੱਧੇ ਤੌਰ 'ਤੇ ਹੋਣ ਭਾਵੇਂ ਜੋ ਮਰਜ਼ੀ ਕਹਿ ਲੈਣ, ਇਹ ਕਹਿ ਦਿੱਤਾ ਕਿ ਅਸੀਂ ਇੱਥੇ ਬੰਦੀ ਸਿੰਘਾਂ ਦੀਆਂ, ਦਿਬੜੂਗੜ੍ਹ ਵਾਲਿਆਂ ਦੀਆਂ, ਤਹਾੜ ਜੇਲ੍ਹ ਵਾਲਿਆਂ ਦੀਆਂ ਅਤੇ ਸੰਤਾਂ ਦੀਆਂ ਫੋਟੋਆਂ ਨਹੀਂ ਲੱਗਣ ਦੇਣੀਆਂ। ਸੋ ਇਹ ਜਿਹੜਾ ਸੰਗਤਾਂ ਦੀ ਫੋਟੋ ਦਾ ਕਰਕੇ ਸੰਗਤ ਨੂੰ ਰੋਸ ਹੈ, ਉਹ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਔਰ ਨਾਲ ਦੀ ਨਾਲ ਜਿੰਨਾ ਚਿਰ ਤੁਸੀਂ ਕਿਹਾ ਨਿਬੜ ਗਿਆ, ਨਿਬੜਦੇ ਕੌਮ ਦੇ ਮਸਲੇ ਨਹੀਂ। 1947 ਤੋਂ ਲੈ ਕੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਕਿਹਾ ਪੰਗਤ ਅਤੇ ਸੰਗਤ ਦੀ ਗੱਲ ਹੈ, ਅਤੇ ਬਾਬਰ ਨੂੰ ਜਾਬਰ ਕਿਹਾ ਅਤੇ ਉਹਨਾਂ ਨੇ ਜੇਲ੍ਹ 'ਚ ਭੇਜ ਦਿੱਤਾ। ਫਿਰ 10ਵੇਂ ਗੁਰੂ ਨੇ ਪਰਿਵਾਰ ਵਾਰ ਕੇ ਸਾਰਾ ਕੁਝ ਦੱਸਿਆ, ਫਿਰ ਅੱਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸ਼ਹਾਦਤ ਦੇ ਕੇ ਇਹ ਮਸਲੇ ਨਹੀਂ ਨਿਬੜਦੇ ਹੁੰਦੇ। ਪਰ ਜਿਹੜਾ ਵੀ ਬੰਦਾ ਉਹਨਾਂ ਦੀ ਤਸਵੀਰ ਦੇ ਨਾਲ ਇਸ ਤਰੀਕੇ ਦੀ ਗੱਲ ਕਰੂਗਾ, ਕੌਮ ਉਹਦੇ ਤੋਂ ਹਿਸਾਬ ਕਿਤਾਬ ਪੁੱਛੂਗੀ, ਚਾਹੇ ਉਹ ਦੇਵੇ ਜਾਂ ਨਾ ਦੇਵੇ। ਹੁਣ ਜਿਹੜੀ ਤਸਵੀਰ ਲੱਗੀ ਹੈ, ਜਦੋਂ ਇਸ ਤਸਵੀਰ ਦਾ ਕੋਈ ਨਰਾਦਰ ਕਰੂਗਾ ਤੇ ਫਿਰ ਮਸਲਾ ਕਿਸ ਤਰ੍ਹਾਂ ਨਿਬੜ ਗਿਆ? ਜੇ ਇਸ ਤਸਵੀਰ ਨੂੰ ਸਗੋਂ ਸਾਲ ਬਾਅਦ ਸੋਹਣੀ ਕਰਕੇ, ਵੱਡੀ ਕਰਕੇ ਸ਼ੀਸ਼ੇ ਦੇ ਵਿੱਚ ਮੜਾ ਕੇ ਲਾ ਦੇਣਗੇ ਕਮੇਟੀ ਵਾਲੇ, ਤੇ ਅਸੀਂ ਸਮਝਾਂਗੇ ਕਿ ਇਹਨਾਂ ਦੇ ਮਨ ਦੇ ਵਿੱਚ ਸਤਿਕਾਰ ਆਇਆ ਹੈ, ਜੇ ਇਸ ਚੀਜ਼ ਨੂੰ ਇਹ ਮੁੱਖ ਰੱਖਣਗੇ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਵੱਡਾ ਸੰਘਰਸ਼ ਹੈ, ਸਪੋਰਟ ਇਹ ਲੋਕਾਂ ਦੀਆਂ ਟੀ ਸ਼ਰਟਾਂ ਤੇ ਮੋਟਰਸਾਈਕਲਾਂ ਤੇ ਕਾਰਾਂ ਤੇ ਲਾਉਣ ਵਾਸਤੇ ਇਹ ਸਾਨੂੰ ਸੁਪਰੀਮ ਕੋਰਟ 'ਚੋਂ ਆਰਡਰ ਮਿਲਿਆ, ਸਾਡੇ ਕੋਲ ਸਾਰਾ ਕੁਛ ਆ, ਅਤੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਦਾ ਜਿਸ ਕਰਕੇ ਧੰਨਵਾਦ ਕਰਦੇ ਹਾਂ। ਬਹੁਤ ਹੀ ਲਿਆਕਤਵੰਦ ਗੁਰਸਿੱਖ ਅਫਸਰ ਆ ਜਿਨ੍ਹਾਂ ਨੇ ਇਹ ਆਪਣੇ ਤਰੀਕੇ ਨਾਲ ਇਹਨੂੰ ਸੁਲਝਾ ਦਿੱਤਾ, ਇਹਨੇ ਤਾਂ ਕੌਮ ਦੇ ਨਾਲ ਲੜਾਈ ਲੈਣੀ ਸੌਖੀ ਨਹੀਂ ਹੁੰਦੀ। ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਸੀ ਅਤੇ ਦੂਰ ਨੇੜਿਓਂ ਵਿਦੇਸ਼ਾਂ 'ਚੋਂ ਦੇਸ਼ 'ਚੋਂ ਸੰਗਤ ਇੱਥੇ ਨਤਮਸਤਕ ਹੋਣ ਵਾਸਤੇ ਆਈ ਸੀ। ਪ੍ਰਬੰਧ ਜਿਹੜੇ ਬੜੇ ਵਧੀਆ ਸੀ। ਇਸ ਵਿਸ਼ੇ ਨੂੰ ਲੈ ਕੇ ਇੱਕ ਜਿਹੜਾ ਨਾ ਸ਼ੂ ਪੋਲਿਸ਼ ਅਤੇ ਸ਼ੂ ਰਿਪੇਅਰ ਦੀ ਰਸਤੇ ਦੇ ਵਿੱਚ ਇੱਕ ਟੈਂਟ ਲੱਗਾ ਸੀ, ਉਹ ਟੈਂਟ ਕਿਉਂਕਿ ਸੰਗਤ ਦੇ ਆਉਣ ਜਾਣ ਦੇ ਵਿੱਚ ਰਸਤੇ ਦੇ ਵਿੱਚ ਆਉਂਦਾ ਸੀ, ਉਹਨੂੰ ਟੈਂਟ ਨੂੰ ਹਟਾਉਣ ਦੇ ਅਤੇ ਉੱਥੇ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਜੀ ਦੀ ਫੋਟੋ ਲੱਗੀ ਸੀ, ਉਹ ਉਸ ਨੂੰ ਲੈ ਕੇ ਇੱਕ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ, ਜਿਹਦਾ ਤੁਰੰਤ ਭਾਈ ਮਨਜੀਤ ਸਿੰਘ ਉਹਨਾਂ ਨੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਜਿਹੜੀ ਕਮੇਟੀ ਹੈ ਇੱਥੋਂ ਦੀ ਉਹਨਾਂ ਵੱਲੋਂ ਇਹਦਾ ਹੱਲ ਕਰ ਦਿੱਤਾ ਗਿਆ ਸੀ। ਫੋਟੋਆਂ ਬਕਾਇਦਾ ਉਸੇ ਤਰ੍ਹਾਂ ਹੀ ਲੱਗੀਆਂ ਰਹੀਆਂ। ਇੱਥੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿਤੇ ਇਕੱਲੀ ਉਸ ਫੋਟੋ ਦੀ ਗੱਲ ਨਹੀਂ, ਤੁਸੀਂ ਲੰਗਰ ਹਾਲ 'ਚ ਦੇਖ ਸਕਦੇ ਹੋ ਪਿਛਲੇ 8-10 ਸਾਲ ਤੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਜਿਹੜੀ ਆ
ਉਹ ਫੋਟੋ ਉੱਥੇ ਸੋਭੇ ਤੇ ਆ, ਉਹ ਕਿਸੇ ਵਿਅਕਤੀ ਨੇ ਉਹਦਾ ਉਨਾ ਕੁ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੋਂ ਪਾਤਾ ਸੀ, ਜਿਸ ਨੂੰ ਲੈ ਕੇ ਜਿਹੜੇ ਸਿੱਖ ਜਥੇਬੰਦੀਆਂ ਉਹ ਇੱਥੇ ਇਕੱਠੀਆਂ ਹੋਈਆਂ ਸੀ। ਉਹਨਾਂ ਨੇ ਪਹਿਲਾਂ ਸਾਨੂੰ ਮੰਗ ਪੱਤਰ ਦੇ ਦਿੱਤਾ ਸੀ ਵੀ ਆਹ ਜਿਹੜੀ ਫੋਟੋ ਲੱਥੀ ਆ ਜਾਂ ਜੋ ਸੋਸ਼ਲ ਮੀਡੀਆ ਤੋਂ ਆਇਆ ਉਹਦੇ ਉਸ ਪ੍ਰਤੀ ਸਾਨੂੰ ਰੋਸ ਆ। ਜਿਹੜਾ ਇਹ ਮੰਗ ਪੱਤਰ ਹੈ ਸਾਡੇ SHO ਸਾਹਿਬ ਪਰਮਿੰਦਰ ਸਿੰਘ ਉਹਨਾਂ ਨੇ ਲੈ ਲਿਆ ਸੀ, ਕਿਉਂਕਿ ਮੰਗ ਪੱਤਰ ਲੈ ਕੇ ਤਾਂ ਸਿੱਖ ਸੰਗਤਾਂ ਵੀ ਚੱਲ ਪਈਆਂ ਅਤੇ ਜਿਹੜੇ ਇੱਥੋਂ ਦੇ ਮੈਨੇਜਰ ਉਹ ਵੀ ਚੱਲ ਪਏ। ਅੱਜ ਕੁਝ ਜਿਹੜੇ ਵਿੱਚ ਸ਼ਰਾਰਤੀ ਅਨਸਰ ਆ ਉਹਨਾਂ ਨੇ ਇੱਕੋ ਦਮ ਜਿਹੜੀ ਗੱਡੀ ਚੱਲਦੀ 'ਤੇ ਹਮਲਾ ਕਰ ਦਿੱਤਾ। ਸੋ ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਧਾਰਮਿਕ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਹੋਏ ਜਿਹੜਾ ਇਹ ਮਸਲਾ ਆ ਉਹ ਬੈਠ ਕੇ ਜਿਹੜਾ ਮੁੱਕ ਗਿਆ। ਇੱਕ ਇਹਨਾਂ ਦੀ ਮੰਗ ਸੀਗੀ ਵੀ ਫੋਟੋ ਜਿਹੜੀ ਆ ਉਹ ਇੱਥੇ ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਹੋਣੀ ਚਾਹੀਦੀ ਆ। ਤੋ ਇੱਥੇ ਪਹਿਲਾਂ ਹੀ ਜਿਹੜੀਆਂ ਫੋਟੋਆਂ ਨੇ ਉਹ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀਆਂ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਆਲਰੇਡੀ ਸੁਸ਼ੋਭਿਤ ਆ। ਅੱਜ ਵੀ ਇੱਕ ਫੋਟੋ ਜਿਹੜੀ ਆ ਇੱਥੇ ਸਰਾਂ ਦੇ ਬਾਹਰ ਜਿਹੜੀ ਆ ਇਹਨਾਂ ਨੂੰ ਸੁਸ਼ੋਭਿਤ ਕੀਤੀ ਆ। ਜਿਹੜਾ ਮਾਮਲਾ ਉਹ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਹੈ ਅਤੇ ਮੈਂ ਜਿੱਥੇ ਆਮ ਲੋਕਾਂ ਨੂੰ ਅਤੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹ ਜਿਹੜੀਆਂ ਸੋਸ਼ਲ ਮੀਡੀਆ 'ਤੇ ਆਈਆਂ ਹੋਈਆਂ ਖਬਰਾਂ ਜਾਂ ਸੋਸ਼ਲ ਮੀਡੀਆ 'ਤੇ ਪਾਏ ਹੋਏ ਜਿਹੜੇ ਕਲਿੱਪ ਨੇ ਉਹਨਾਂ 'ਤੇ ਪਹਿਲਾਂ ਪਰਖ ਕਰਨ ਅਤੇ ਫਿਰ ਵਿਚਾਰ ਕਰਨ। ਦੇਖੋ ਸਾਡੇ SHO ਸਾਹਿਬ ਨੇ ਜਿਨ੍ਹਾਂ ਨੇ ਬੜੀ ਦਲੇਰੀ ਨਾਲ ਆਪਣੀ ਡਿਊਟੀ ਨਿਭਾਈ ਆ ਉਹ ਇੰਜਰਡ ਹੋਏ ਸੀਗੇ ਅਤੇ ਜਿਹੜੇ ਸਿੱਖ ਸੰਗਤਾਂ ਦੇ ਵਿੱਚ ਵੀ ਆਏ ਸੀ ਉਹਨਾਂ ਦੇ ਵਿੱਚ ਵੀ ਇੱਕ ਦੋ ਜਣੇ ਜਿਹੜੇ ਇੰਜਰਡ ਹੋ ਗਏ ਸੀ ਅਤੇ ਜਿਹੜਾ ਹੁਣ ਮੈਟਰ ਆ ਉਹ ਸੌਰਟ ਆਊਟ ਹੋ ਚੁੱਕਾ।